ਆ ਰਹਾ ਹੈ। ਮੇਰੇ ਬਚਪਨ ਤੋਂ ਅੰਮੀ ਅੱਬੂ ਫੌਤ ਹੋ ਗਿਆ ਸੀ। ਮੇਰੀ ਬਿਲਕੁਲ ਥੋੜ੍ਹੀ ਉਮਰ ਸੀ, ਥੋੜ੍ਹੀ ਉਮਰ ਵਿੱਚ ਮੇਰੀ ਸ਼ਾਦੀ ਹੋ ਗਈ। ਉਸ ਬਾਅਦ ਮੇਰੀ ਸ਼ਾਦੀ ਹੋ ਗਈ, ਮੇਰੇ ਘਰ ਵਾਲੇ ਯਾਨੀ ਕਿ ਸਹੁਰਿਆਂ ਵਾਲੇ ਸਹੀ ਸਮਝਦਾਰ ਪੜ੍ਹੇ ਲਿਖੇ ਤਮੀਜ਼ਦਾਰ ਲੋਕ ਸੀ। ਮੈਨੂੰ ਉਹਨਾਂ ਤਰ੍ਹਾਂ ਨਾ ਬੋਲਣਾ ਆਉਂਦਾ ਸੀ, ਨਾ ਤਮੀਜ਼ ਸੀ ਨਹੀਂ ਸੀ, ਮੈਨੂੰ ਉਹਨਾਂ ਤਰ੍ਹਾਂ ਰਹਿਣਾ ਬਹਿਣਾ ਨਹੀਂ ਸੀ ਆਉਂਦਾ। ਆਸਤਾ ਆਸਤਾ ਮੇਰੀਆਂ ਚਾਰ ਬੇਟੀਆਂ ਹੋ ਗਈਆਂ। ਮੇਰੇ ਮੀਆਂ ਨੇ ਮੇਰੀ ਹਰ ਰੋਜ਼ ਬੇਇੱਜ਼ਤੀ ਕਰਨੀ ਕਰਨੀ ਬੇਟੀਆਂ ਤੋਂ। ਬਾਜੀ ਫਿਰ ਮੈਨੂੰ ਅੱਲਾਹ ਤਾਲਾ ਨੇ ਦੋ ਬੇਟੇ ਦੇ ਦਿੱਤੇ। ਮੈਨੂੰ ਬੋਲਣਾ ਆਉਂਦਾ ਹੁੰਦਾ, ਤਮੀਜ਼ ਹੁੰਦੀ, ਮੇਰਾ ਮੀਆਂ ਨਾ ਮੈਨੂੰ ਛੱਡ ਕੇ ਜਾਂਦਾ। ਸ਼ੁਰੂ ਸਟਾਰਟ ਵਿੱਚ ਮੇਰੀ ਬੇਟੀ ਨੂੰ ਇੰਨਾ ਕੋਲ ਮੇਰੀ ਉਹਨਾਂ ਦੀ ਫੁੱਫੋ ਦਾਖਲ ਕਰਵਾ ਕੇ ਕਹੀ ਕਿ ਮੈਂ ਸਕੂਲ ਵੀ ਨਾ ਕਰਨਾ, ਕਿ ਪਤਾ ਨਹੀਂ ਮੇਰੇ ਨਾਲ ਟੀਚਰਾਂ ਸਹੀ ਪੇਸ਼ ਆਉਣ ਜਾਂ ਨਾ ਆਉਣ। ਮੇਰੀ ਪਹਿਲੀ ਮੇਰੀ ਬੱਚੀ ਸਕੂਲ ਜਾਂਦੀ, ਟੀਚਰ ਨੇ ਮੈਨੂੰ ਬੁਲਾਇਆ ਕਿ ਮੇਰੀ ਬੱਚੀ ਨਹੀਂ ਸਹੀ ਪੜ੍ਹਦੀ। ਟੀਚਰ ਨੇ ਕਿਹਾ ਕਿ ਬਾਜੀ ਤੁਸੀਂ ਇੰਨੀ ਮੁਸ਼ਕਿਲ ਇਹਨਾਂ ਦੀ ਫੀਸ ਦਿੰਦੇ ਹੋ, ਇਹਨਾਂ ਟਿਊਸ਼ਨ ਪਟਾਉਂਦੇ ਹੋ, ਪਰ ਤੁਹਾਡੀਆਂ ਬੱਚੀਆਂ ਨੂੰ ਨਾ ਬੋਲਣਾ ਆਉਂਦਾ ਹੈ, ਨਾ ਇਹਨਾਂ ਨੂੰ ਤਮੀਜ਼ ਹੈ, ਬਦਤਮੀਜ਼ੀ ਕਰਦੀਆਂ ਨੇ, ਜਿਵੇਂ ਮਰਜ਼ੀ ਖਾਈ ਜਾਂਦੀਆਂ ਨੇ, ਜਿਵੇਂ ਮਰਜ਼ੀ ਜੋ ਮਰਜ਼ੀ ਬਹਿਣ ਉੱਠਣ ਦੀ ਤਮੀਜ਼ ਨਹੀਂ ਹੈਗੀ। ਫਿਰ ਟੀਚਰ ਨੇ ਨਾ ਦੂਸਰੇ ਦਿਨ ਮੈਨੂੰ ਫਿਰ ਬੁਲਾਇਆ। ਟੀਚਰ ਨੇ ਕਿਹਾ ਬੁੱਕਾਂ ਦਾ ਕਿ ਗਾਈ ਵਾਲਿਆਂ ਦਾ ਨਾ ਸਕੂਲ ਬਣਿਆ ਹੈ ਅਤੇ ਤੁਸੀਂ, ਮੈਂ ਬੱਚਿਆਂ ਨੂੰ ਪੜ੍ਹਾਉਣੀ ਆ ਅਤੇ ਤੁਸੀਂ ਨਾ ਆ ਕੇ ਮੇਰੇ ਕੋਲ ਪੜ੍ਹਿਆ ਕਰੋ। ਮੈਂ ਕਿਹਾ ਟੀਚਰ ਜੀ ਮੈਂ ਤਾਂ ਇੰਝ ਇੰਝ ਕੰਮ ਕਰਨੀ, ਆਪਣੇ ਬੱਚਿਆਂ ਨੂੰ ਉਹੀ ਖਿਲਾਉਣੀ, ਉਹੀ ਪਿਲਾਉਣੀ ਆ, ਮੈਂ ਨਹੀਂ ਜ਼ਿਆਦਾ ਕੁਛ ਵੀ ਕਰ ਸਕਦੀ। ਮੈਡਮ ਨੇ ਕਿਹਾ ਬੇਟਾ ਜੀ ਤੁਸੀਂ ਇੱਕ ਘੰਟਾ ਆਓ, ਘੰਟਾ ਆਓ ਤੁਸੀਂ, ਅਸੀਂ ਤੁਹਾਡਾ ਜਿਹੜਾ ਘੰਟੇ ਦਾ ਤੁਹਾਡਾ ਟਾਈਮ ਦਾ ਤੁਸੀਂ ਕੰਮ ਕਰਦੇ ਹੋ, ਅਸੀਂ ਤੁਹਾਨੂੰ ਪੈਸੇ ਦੇਵਾਂਗੇ। ਮੈਡਮ ਜੀ ਮੈਂ ਘੰਟਾ ਆਈ, ਮੈਨੂੰ ਯਾਨੀ ਕਿ ਬਹੁਤ ਅੱਛਾ ਲੱਗਾ। ਮੈਂ ਕਿਹਾ ਤਾਂ ਮੇਰੇ ਵਾਸਤੇ ਬਿਹਤਰੀ। ਉਸ ਤੋਂ ਬਾਅਦ ਮੈਂ ਡੇਢ ਘੰਟਾ ਆਉਣਾ ਸ਼ੁਰੂ ਕਰ ਦਿੱਤਾ। ਡੇਢ ਘੰਟੇ ਤੋਂ ਬਾਅਦ ਮੈਂ ਦੋ ਘੰਟੇ ਵਧਾ ਦਿੱਤੇ। ਮੈਨੂੰ ਪਤਾ ਚੱਲ ਗਿਆ ਕਿ ਮੇਰੀ ਜ਼ਿੰਦਗੀ ਤਾਂ ਪੂਰੀ ਤਬਦੀਲ ਹੁੰਦੀ ਪਈ, ਮੈਨੂੰ ਸਮਝ ਆਉਂਦੀ ਪਈ, ਮੈਨੂੰ ਉਰਦੂ ਬੋਲਣਾ ਆਉਂਦਾ, ਮੈਨੂੰ ਅਗਲਾ ਬੰਦਾ ਉਰਦੂ ਵਿੱਚ ਗੱਲ ਕਰਦਾ ਮੈਨੂੰ ਉਹਦੀ ਸਮਝ ਆਉਂਦੀ ਹੈ। ਪਹਿਲੇ ਮੈਨੂੰ ਉਰਦੂ ਦੀ ਸਮਝ ਨਹੀਂ ਸੀ ਆਉਂਦੀ ਹੁੰਦੀ, ਹੁਣ ਅਗਲਾ ਬੰਦਾ ਉਰਦੂ ਵਿੱਚ ਮੇਰੇ ਨਾਲ ਗੱਲ ਕਰਦਾ, ਮੈਨੂੰ ਟੀਚਰ ਮੇਰੇ ਨਾਲ, ਫਿਰ ਪਹਿਲੇ ਟੀਚਰ ਮੇਰੇ ਨਾਲ ਠੋਸ ਪੰਜਾਬੀ ਬੋਲਦੇ ਹੁੰਦੇ ਸੀ। ਜਦੋਂ ਮੈਨੂੰ ਥੋੜ੍ਹਾ ਕੁ ਪੜ੍ਹਨਾ ਦੂਸਰੀ ਕਲਾਸ ਵਿੱਚ ਆ ਗਿਆ ਨਾ, ਉਸ ਤੋਂ ਬਾਅਦ ਟੀਚਰ ਨਾਲ ਜਾਂਦੇ ਮੇਰੇ ਨਾਲ ਉਰਦੂ ਬੋਲਣਾ ਸ਼ੁਰੂ ਕਰ ਦਿੱਤਾ। ਫਿਰ ਮੈਂ ਟੀਚਰ ਨਾਲ ਉਰਦੂ ਬੋਲਦੀ ਸਾਂ, ਫਿਰ ਮੈਨੂੰ ਖੁਸ਼ੀ ਹੁੰਦੀ ਸੀ। ਫਿਰ ਅਸੀਂ ਦੋ ਘੰਟੇ ਵਧਾ ਦਿੱਤੇ। ਫਿਰ ਮੈਂ ਟੀਚਰ ਨੂੰ ਕਿਹਾ ਟੀਚਰ ਜੀ ਮੈਂ ਹਰ ਟਾਈਮ ਤੁਹਾਡੇ ਕੋਲ ਬਹਿਣਾ ਕਰਾਂ, 5-10 ਮਿੰਟ ਆਪਣਾ ਦੁੱਖ ਸੁੱਖ ਬੋਲਣ ਵਾਸਤੇ। ਟੀਚਰ ਨਾਜ਼ੀਆ ਨੇ ਕਿਹਾ ਕਿ ਮੈਨੂੰ ਬਹੁਤ ਅੱਛੀ ਖੁਸ਼ੀ ਹੋਏਗੀ ਤੁਸੀਂ ਮੇਰੇ ਕੋਲ ਬਹੋ। ਇਕੱਠੇ ਬੈਠਦੇ ਸਾਂ, ਪਿਆਰ ਨਾਲ ਪੜ੍ਹਦੇ ਸਾਂ, ਪਿਆਰ ਨਾਲ ਗੱਲਾਂ ਹੁੰਦੀਆਂ, ਸਲੋਕਾਂ, 2-2.5 ਘੰਟੇ ਗੁਜ਼ਰ ਜਾਂਦੇ ਸੀ, ਪਤਾ ਹੀ ਨਹੀਂ ਸੀ ਚੱਲਦਾ। ਘਰ ਦੀ ਟੈਨਸ਼ਨ ਤੋਂ ਫਾਰਗ ਹੋਣਾ, ਸਕੂਲ ਆ ਜਾਣਾ, 2-2.5 ਘੰਟੇ ਇੰਨੇ ਸੋਹਣੇ ਗੁਜ਼ਰ ਜਾਣੇ, ਪਤਾ ਹੀ ਨਾ ਲੱਗਣਾ। ਘਰ ਜਾਣਾ, ਫਿਰ ਉਹੀ ਰੌਲਾ, ਉਹੀ ਗੱਲ, ਉਹੀ ਬਾਤ, ਸਕੂਲ ਆਈਦਾ ਲੱਗਦਾ ਜਿਵੇਂ ਜ਼ਿੰਦਗੀ ਹੋਰ ਦੀ ਹੋਰ ਤਬਦੀਲ ਹੀ ਹੋ ਗਈ। ਉਹਨਾਂ ਨੂੰ ਮੇਰੇ ਵਿੱਚ ਮੈਡਮ ਜੀ ਇਹ ਤਬਦੀਲੀ ਆਈ ਕਿ ਹੁਣ ਮੈਂ ਜਿਵੇਂ ਪਹਿਲੇ ਬਦਤਮੀਜ਼ੀ ਨਾਲ ਬੋਲਦੀ ਸਾਂ, ਉੱਚੀ ਉੱਚੀ ਬੋਲਦੀ ਸਾਂ, ਚੀਕਦੀ ਸਾਂ, ਭਾਂਡੇ ਤੋੜਦੀ ਸਾਂ, ਭੁੱਕਦੀ ਮੈਂ, ਤਾਂ ਉਹਨੇ ਆਖਿਆ ਉਹਨਾਂ ਨੂੰ ਇਹ ਪਤਾ ਕਿ ਸਾਡੀ ਮਾਂ ਸਾਡੇ ਨਾਲ ਸਲੂਕ ਬਣਾ ਰਹਿੰਦੀ, ਸਾਡੀ ਮਾਂ ਸਾਨੂੰ ਪਿਆਰ ਕਰਕੇ ਸਭ ਕੁਛ ਕਰਕੇ ਤਮੀਜ਼ ਨਾਲ ਸਾਡੀ ਪੇਸ਼ ਆ ਗਈ। ਮੈਨੂੰ ਕੋਈ ਮੇਰੇ ਕੋਲ ਆ ਕੇ ਮਜਬੂਰ ਔਰਤ ਇਵੇਂ ਕਹੇਗੀ ਨਾ ਜਿਵੇਂ ਮੈਂ ਆ ਕੇ ਮੈਡਮ ਨੂੰ ਆਪਣੀ ਸਾਰੀ ਕਹਾਣੀ ਸੁਣਾਈ, ਮੈਂ ਉਹਨਾਂ ਨੂੰ ਖੁਦ ਮੈਡਮਾਂ ਕੋਲ ਲੈ ਕੇ ਆਵਾਂਗੀ। ਸਾਡੇ ਅਸੀਂ ਗੰਦੇ ਕੱਪੜਿਆਂ ਵਿੱਚ ਵੀ ਆਏ, ਜਿਵੇਂ ਵੀ ਆਏ, ਸਾਡੇ ਤੋਂ ਨਫ਼ਰਤ ਨਹੀਂ ਕੀਤੀ, ਸਾਨੂੰ ਬਹਿਣ ਤੋਂ ਨਹੀਂ ਕਿਹਾ, ਸਾਨੂੰ ਖਲੋਣ ਤੋਂ ਨਹੀਂ ਕਿਹਾ, ਨਾਲ ਬਿਠਾਇਆ, ਨਾਲ ਹੌਸਲਾ ਅਫਜ਼ਾਈ ਦਿੱਤੀ ਹੈ ਕਿ ਬੇਟਾ ਪਰੇਸ਼ਾਨ ਨਹੀਂ ਤੁਸੀਂ ਹੋਣਾ, ਜੋ ਵੀ ਮਸਲਾ ਤੁਸੀਂ ਆ ਕੇ ਮੇਰੇ ਨਾਲ ਸ਼ੇਅਰ ਕਰੋ, ਮੈਂ ਤੁਹਾਡੇ ਨਾਲ ਹਾਂ।